ਅੱਜ ਹੀ ਡਾਊਟਨੈਟ ਐਪ ਡਾਊਨਲੋਡ ਕਰੋ। ਡਾਊਟਨੈਟ 'ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ, ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ, ਉਹ ਵੀ ਪੰਜਾਬੀ ਵਿੱਚ। ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ, ਉਸਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲਿਊਸ਼ਨ ਪਾਓ। ਅਤੇ ਅਜਿਹੇ ਹੀ ਹੋਰ ਵੀਡੀਓ ਦੇਖਣ ਲਈ ਡਾਊਟਨੈਟ ਪੰਜਾਬੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। ਸਾਡਾ ਸਵਾਲ ਹੈ, ਇਫ ਆਰ ਇਜ਼ ਅ ਰਿਲੇਸ਼ਨ ਔਨ ਅ ਫਾਈਨਾਈਟ ਸੈਟ ਹੈਵਿੰਗ ਐਨ ਐਲੀਮੈਂਟਸ ਦੈਨ ਦ ਨੰਬਰ ਆਫ ਰਿਲੇਸ਼ਨ ਔਨ ਏ ਇਜ਼। ਸਾਨੂੰ ਸਾਡੇ ਸਵਾਲ ਦੇ ਵਿੱਚ ਸੈਟ ਏ 'ਤੇ ਇੱਕ ਰਿਲੇਸ਼ਨ ਆਰ ਦਿੱਤਾ ਹੋਇਆ ਹੈ ਅਤੇ ਸਾਡੇ ਕੋਲ ਐਨ ਐਲੀਮੈਂਟਸ ਨੇ। ਸਾਡੇ ਕੋਲ ਏ ਦੇ ਅੰਦਰ ਐਨ ਐਲੀਮੈਂਟਸ ਨੇ। ਅਸੀਂ ਦੱਸਣਾ ਹੈ ਕਿ ਰਿਲੇਸ਼ਨ ਏ ਦੇ ਉੱਤੇ ਕਿੰਨੇ ਹੋਣਗੇ। ਰਿਲੇਸ਼ਨ ਏ ਦੇ ਉੱਤੇ ਦਾ ਮਤਲਬ ਹੈ ਕਿ ਸਾਡੇ ਕੋਲ ਏ ਕ੍ਰੋਸ ਏ ਦੇ ਰਿਲੇਸ਼ਨਸ ਪੁੱਛੇ ਗਏ ਨੇ, ਜਾਣੀ ਕਿ ਅਸੀਂ ਲੱਭਣਾ ਹੈ ਨੰਬਰ ਆਫ ਰਿਲੇਸ਼ਨਸ ਫਰੋਮ ਏ ਟੂ ਏ। ਨੰਬਰ ਆਫ ਰਿਲੇਸ਼ਨਸ ਫਰੋਮ ਏ ਟੂ ਏ, ਇਹ ਵੈਲਿਊ ਸਾਡੇ ਕੋਲ ਬਰਾਬਰ ਹੁੰਦੀ ਹੈ ਨੰਬਰ ਆਫ ਸਬਸੈਟਸ ਆਫ ਏ ਕ੍ਰੋਸ ਏ ਦੇ ਬਰਾਬਰ। ਨੰਬਰ ਆਫ ਸਬਸੈਟ ਸਾਡੇ ਕੋਲ ਹੁਣ ਫਾਰਮੂਲਾ ਹੁੰਦਾ ਹੈ 2 ਰੇਜ਼ ਟੂ ਪਾਵਰ ਆਰਡਰ, ਜਾਨੀ ਕਿ ਕਿੰਨੇ ਐਲੀਮੈਂਟਸ ਹੋਣਗੇ। ਏ ਕ੍ਰੋਸ ਏ ਦੇ ਵਿੱਚ ਟੋਟਲ ਕਿੰਨੇ ਐਲੀਮੈਂਟਸ ਹੋਣਗੇ, ਇਹ ਸਾਡੇ ਕੋਲ ਆਏਗਾ ਆਰਡਰ ਆਫ ਏ ਮਲਟੀਪਲਾਈ ਆਰਡਰ ਆਫ ਏ, ਜਾਨੀ ਕਿ ਐਨ ਸਕੁਆਇਰ। ਤਾਂ ਸਾਡੇ ਕੋਲ ਆ ਜਾਏਗਾ 2 ਰੇਜ਼ ਟੂ ਪਾਵਰ ਐਨ ਦਾ ਸਕੁਆਇਰ। ਹੁਣ ਜੇਕਰ ਸਾਡੇ ਕੋਲ ਨੰਬਰ ਆਫ ਸਬਸੈਟਸ ਆਫ ਏ ਕ੍ਰੋਸ ਏ 2 ਰੇਜ਼ ਟੂ ਪਾਵਰ ਐਨ ਸਕੁਆਇਰ ਆ ਗਿਆ, ਤਾਂ ਸਾਡੇ ਕੋਲ ਨੰਬਰ ਆਫ ਰਿਲੇਸ਼ਨਸ ਔਨ ਏ ਵੀ ਆ ਜਾਏਗਾ 2 ਰੇਜ਼ ਟੂ ਪਾਵਰ ਐਨ ਦਾ ਸਕੁਆਇਰ। ਤਾਂ ਜੇਕਰ ਅਸੀਂ ਆਪਣੇ ਆਪਸ਼ਨਸ ਵੱਲ ਦੇਖੀਏ ਤਾਂ ਸਾਡੇ ਕੋਲ ਦੂਜੇ ਆਪਸ਼ਨ ਤੇ ਇਹ ਵਾਲਾ ਜਵਾਬ ਪਿਆ ਹੈ, ਜਾਣੀ ਕਿ ਸਾਡੇ ਕੋਲ ਇਸ ਸਵਾਲ ਦਾ ਜਵਾਬ ਹੋ ਜਾਏਗਾ ਸੈਕਿੰਡ ਇਜ਼ ਕਰੈਕਟ, ਜਾਣੀ ਕਿ ਦੂਜਾ ਆਪਸ਼ਨ ਬਿਲਕੁਲ ਸਹੀ ਹੈ।